अस्सलाम वालेकुम, मैं मोहम्मद ईशान तुसारे दे यूट्यूब चैनल ईशान शाह। तो मैं बिस्मिल्लाह पढ़ते बिला करने शुरू। तो मैं आया वाक ते मैं वाक इतनी हुई थी नाल थोड़ी जा वीडियो स्टार्ट कर गई नूँ। तो माशाल्लाह माहौल डाडा बड़ा गया, बारिश है सुबह सुबह। तो हूँ टाइम से नवे पूरा क्या टाइम है, 9:30, 9:30 का टाइम है। तो उत्ते बारिश ही है, बदल बड़ा होता है, फुल बड़ा फुल बारिश रह गई है, हूँ बदल बड़ा होता है। मैं चलो वॉक कर के इन्हू बैठे बैठे थक गया से कि काम तो कह नहीं, चलो पैदल टुरो। तो सौक माहौल ही मैं दिखा दे, माहौल ही देखो देहात ही मतलब उधर बंदा कला मैंने सुन सनाटा सिर पखे की आवाज है चाँ चू बस, बाकी कहीं दी कहने। तो मैं हम थोड़ी वाक कर गिना हालात को जल्द मिलते हैं। पक्षी कितने बैठो, हर कोई निकल गए चौक चौक हम पक्षी भाई, थोड़ी बहुत ही शोर ना पिया पक्के ना बस। आया बोर और नलका खड़े है, माशाल्लाह देखो खूबसूरत इलाका। ओ एक गल मैं आखन भूल गया, एक भाई का कमेंट आया पिया कल मैं वीडियो छी उन्होंने कमेंट आया पिया, तुसा कितों दे वे भाई जन। मैं जिला मुजफ्फरगढ़ है, तहसील जुताइए, डाकखाना शाह सुल्तान। मैं खास शाह सुल्तान दा, शाह सुल्तान है जनूब वाली साइड दे मुजफ्फरगढ़ को जनूबी, तो कराची को पंजाब साइड क्या थाना शुमाल साइड साइड है, तो इन्हें को मुल्तान के करीब है। मुजफ्फरगढ़ शाह सुल्तान मशहूर जो इलाका है, अस उतू दे से बिया कोई कमेंट हो हाजिर जवाब देवन कित, कोई बिया बिरा मैं कमेंट करे कोई भी सवाल करे अस जवाब देसूँ बेतलक कोई। हमारे डॉग ये खड़ी है, आज अंदर बंदी हुई है, हमने बांध दी इसको। साउंड में पिए क्या थे भून दे खाना, मैं थोड़ा बिला आगे शुरू की वो भी देते वो तीन स्टैंड की स्टैंड देखो कि आती वीडियो स्टैंड बड़े पता बैक करो। ये साढ़े मामू ने वो भी पैसे भूने खाने, मामू लावे तो चाचू नाल शनल शाह तो नाल पीरी शाह भूने खड़े मेरे पे देखो क्या है भू कि भू निकला थे लेकिन भू खराब ही वापस मिले मिले थे सारे भू सही कहना बिच सारा गिला पा बारिश बारिश वजह सारे बिच खराब है डिठे देख तुम सारे मिले पे वापस तो सभी डिठा उसे भू हिन कहना ना सर्दियाँ जी वजह करो क्या सुना भू खराब है। एक कैमरा बंद है जुआन खुले तो क्या था बैठा मैं
ਮੈਂ ਕਿਹਾ ਰੰਨਾ ਹੀ ਨਾਲ ਤੂੰ ਖੱਲੇ ਮਰੇ ਜਾਂ ਉਹ ਅੱਜ ਨਾ ਆਟਾ ਹੈ ਨਾ ਜੂ ਹੈ ਨਾ ਖੰਡ ਹੈ ਮੰਗਾਈ ਹੈ ਜੇਰੀ ਨਾਲ ਉਹ ਅੱਜ ਗਾੜੀ ਨਾ ਹੋ ਬਾਹਰੋਂ ਵੰਜੋ ਗਾਰ ਵੰਜੋ ਤਾਂ ਖੱਲੇ ਮਰੇ ਜਾਂ ਅੱਛਾ ਮੈਂ ਸਮਝੂ ਤਾਂ ਕਿੱਡੇ ਵੰਜੋ ਜੇ ਮੰਗਾਈ ਹੈ ਅੱਛਾ ਤੇ ਖੋਤਾ ਵਦੇ ਕਿਨੇ ਵਦਾ ਖੋਤੇ ਵਦਨ ਦੋਂ ਖੋਤੇ ਨਾ ਕੰਮ ਹੈ ਜਿੱਟੀ ਮੀਂਹ ਛੋੜਨ ਕਾ ਕਾ ਕਈ ਬਾਰਸ਼ਾਂ ਬਾਰਸ਼ਾਂ ਚਾਲ ਹੈ ਸੈਲ ਸੁਕਦੀ ਨਹੀਂ ਸਹੀ ਮੋਂ ਦਾ ਸਭ ਸਹੀ ਹੁਣ ਘਿਓ ਗਨੂ ਤਾਂ ਆਟਾ ਨਹੀਂ ਗਨੀਂਦਾ ਹਾਂ ਆਟਾ ਗਨੂ ਤਾਂ ਘਿਓ ਨਹੀਂ ਗਨੀਂਦਾ ਬੜੀ ਮਹਿੰਗਾਈ ਹੈ ਮਹਿੰਗਾਈ ਬੜੀ ਮਹਿੰਗਾਈ ਹੈ ਸਾਡੇ ਪਾਸੇ ਹੁਣ ਅਸਾਂ ਵੰਨੂ ਤਾਂ ਕਿੱਡੇ ਵੰਨੂ ਮੇਰਾ ਪੈਕ ਦਾ ਪਤਾ ਕਿੰਨੇ ਲੱਗਦਾ ਹੈ ਸਿਰਫ 5 ਦਿਨ ਚੱਲਦੇ ਮੇਰਾ ਪੈਕੇਜ ਮੈਂ ਲਵੇਂ ਦਾ ਪੈਕੇਜ ਵੀਡੀਓ ਅਪਲੋਡ ਕਰਨੀ ਹੁੰਦੀ ਹੈ ਜਾਂ ਮੈਂ ਪਬਜੀ ਖੇਡਣੀ ਹੁੰਦੀ ਹੈ ਬਸ ਇਹ ਕੰਮ ਹੈ ਉਹ ਪਬਜੀ ਮੈਂ ਖੇਡਦਾ ਮੈਂ 400 ਰੁਪਏ 5 ਦਿਨ ਪੈਕੇਜ ਮੁੱਕ ਵੰਦੇ ਮੈਂ 4 ਦਿਨ ਇਹ 5 ਦਿਨ ਜਾਂ 6 ਦਿਨ ਕਿੰਨੇ 400 ਰੁਪਏ ਜ਼ੋਂਗ ਦਾ 40 ਜੀਬੀ ਡਾਟਾ ਮੁੱਕ ਵੰਦੇ ਬਸ ਆਪ ਪਰੇਸ਼ਾਨ ਹੈ ਤੇ ਬਾਕੀ ਇਹ ਕੀ ਹੈ ਜਿੰਦੀ ਸ਼ਾਦੀ ਸ਼ੁਦਾ ਸਾਡਾ ਕੁਆਰੇ ਸੇ ਬੁਲਾਏ ਅੱਛਾ ਸ਼ਾਦੀ ਸ਼ੁਦਾ ਹੈ ਤੇ ਦੂਜੀ ਚਾਹ ਇੱਥੇ ਹੀ ਹੈ ਅਜਾ ਮਾਸ਼ਾਅੱਲਾ ਗਾਰ ਅਲੀ ਕੱਲੇ ਮਰੇ ਨਹੀਂ ਆ ਗਈ ਮਾਰੋ ਨਿਕਲ ਵੰਜੋ ਅਜਾ ਮਾ ਕੋ ਟਾਈਮ ਦਾ ਖਰਚਾ ਦੋ ਹੁਣ ਕੰਮ ਹੀ ਹੋਵਨ ਦਾ ਖਰਚਾ ਹੀ ਦਉ ਜਿਹੜੇ ਮੀਂਹ ਜੋ ਬੇਗੜਨ ਦੁੰਦੀ ਹਨ ਕੱਚੀ ਸੇ ਸੁਕਦੀ ਨਹੀਂ ਖੋਤੇ ਵਹਿਨੇ ਤੇ ਸਹੀ ਰੋਜ਼ਗਾਰੀ ਹੈ ਤੇਰਾ ਮਿਸਤਰੀ ਨੇ ਥਾਲ ਕਰੇ ਉਹ ਨਹੀਂ ਕੰਮੇ ਕਰਨ ਚੋਦੇ ਹਾਂ ਇਹ ਵੀ ਗੱਲ ਹੈ ਇਹ ਵੀ ਗੱਲ ਹੈ ਸਾਰੇ ਦਾ ਨੌਕਰੀ ਲੈਣ ਦੇ ਕੰਮ ਨਾ ਦਿੱਤੇ ਹਨ ਕਾਕਾ ਬੱਡੀ ਤਨਖਾਹ ਆ ਰਹੀ ਸਹੀ ਇਹ ਬੈਨ ਕੀ ਆਉਂਦੀ ਹੈ ਹੁਣ ਅਸਾਂ ਕਿੱਡੇ ਵੰਨੂ ਅੱਛਾ ਇਹ ਜਿਹੜੀ ਸੋ ਸੋ ਤੇ ਸਾਡਾ ਆਖ ਬਾ ਦੂੜ ਹੁੰਦੇ ਆਇਆ ਇਹ ਸਿਟੀ ਕੀ ਵਜਾਈ ਮੈਂ ਕੁੱਡਾ ਆਂਦੇ ਵਜਾਵਾਂ ਵਜਾਵਾਂ ਉਈ ਤੂੰ ਵਜਾ ਚੈੱਕ ਤਾਂ ਕਰ ਇਹਨੇ ਮੇਰਾ ਬਾਦ ਦੁੱਖਿਆ ਇਹਦੇ ਰੇ ਮੂੰਹ ਤੇ ਪਾ ਇਹਨੇ ਬਾਦ ਵਜਾ ਉੜੂ 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 ਚਾ ਚਾ ਕੁੱਡਾ ਦੀ ਸਿਟੀ ਮਾਰਨ ਆਇਆ ਸਕੂਨ ਹੈ ਹੁਣ ਮਨੇ ਕੰਮ ਹਿੰਨ ਕਹਿਣਾ ਵਿਹਲੇ ਵਿਹਲੇ ਮਜ਼ੇ ਕੀਤੀ ਬਈ ਮਜ਼ੇ ਰਾਮ ਤੇ ਖੱਲੇ ਮਰੇ ਜੀ ਤੇ ਕੋ ਮਰੇ ਜੀ ਹੋਇਆ ਇਡੋ ਆ ਇਡੋ ਆ ਇਡੋ ਆ ਲੈ ਹੈ ਛੋੜ ਜਾ ਕਹਿੰਦੀ ਮਰੇ ਜੀ ਦੇਖੋ ਸ਼ਰਮ ਆਉਂਦੀ ਹੈ ਓਏ ਆ ਵੰਡਦਾ ਉਹ ਸ਼ਰਮ ਆ ਗਈ ਮੰਗਈ ਦਾ ਦੌਰ ਦਸਾ ਆ ਤੇ ਆ ਮੰਗਈ ਦਾ ਹਾਲ ਤੋਂ ਦਿੱਤੀ ਅੱਛਾ ਇਮਰਾਨ ਖਾਨ ਠੀਕ ਹੈ ਜਾਂ ਨਵਾਜ਼ ਸ਼ਰੀਫ ਠੀਕ ਹੈ ਇਮਰਾਨ ਖਾਨ ਠੀਕ ਹੈ ਤੂੜ ਸਾਹਿਬ ਕੋਣਾ ਮਾਰੀ ਸਿੱਧੀ ਸਜਦਾ ਵੇ ਕੋਈ ਮੀਡੀਆ ਦਾ ਦੌਰ ਕਰੇ ਕੋਈ ਇੱਕ ਬਗਤਾਂ ਜ਼ਗਾਨੀ ਸਿਰਫ ਪਰ ਨਵਾਜ਼ ਸ਼ਰੀਫ ਸਹੀ ਹੈ ਉਮਰ ਜੋ ਖਾਨ ਤਾਂ ਸਸਤੀ ਹੈ ਜੀ ਸੋ ਦਾ ਸੋਸ ਸਸਤਾਂ ਸਹੀ ਹੁਣ ਇਮਰਾਨ ਖਾਨ ਬੈਠੇ ਤੇ ਬਾ ਬੈਠੇ ਹਾਰ ਕੇ ਆਪਣਾ ਡੇਟ ਬਾਹਰ ਉੱਠੀ ਬੰਦੇ ਹੁਣ ਕਿੱਥਾ ਇਮਰਾਨ ਖਾਨ ਹੁਣ ਤਾਂ ਹਕੂਮਤ ਗਿਆ ਨਹੀਂ ਹੁਣ ਤਾਂ ਉਹਨੇ ਸਿਰਫ ਸੂਬੇ ਆ ਜੇ ਪੂਰੀ ਪਾਕਿਸਤਾਨ ਦੀ ਹਕੂਮਤ ਹੈ ਮੁਹੰਮਦ ਨਵਾਜ਼ ਸ਼ਰੀਫ ਤੇ ਸ਼ਬਾਸ਼ ਸ਼ਰੀਫ ਸਾਹਿਬ ਦੀ ਹੈ ਹਕੂਮਤ ਹੈ ਉਹ ਸਹੀ ਚਲੋ ਅੱਟਾ ਤਾਂ ਸਹੀ ਆ ਪਾ ਤੇ 500 ਰੁਪਏ ਕਮੰਦਮ ਦਾ ਪੂਰਾ ਸੋਦੇ ਕਹਿੰਦੇ ਨਾਮ ਗਿਓ ਖੰਡ ਅੱਟਾ ਗਿਓ ਤੂੰ ਮਸੀਦ ਕੀ ਵਾਲੇ ਹੁਣ ਮਲਕ ਬੁਝੀ ਕੀ ਰਹਿ ਹੁਣੇ ਪੂਰੇ ਤੇ ਹੁਣ ਤੂੰ 500 ਰੁਪਏ ਕਮਾਤਾ ਕੀ ਕਹਿੰਦੋ ਤੇ ਕਲੀ ਕਿੱਥੇ ਚੁੱਪ ਕੇ ਨਿਕੜੇ ਹੁਣ ਮਤਲਬ ਦੀ ਕੀ ਰੇ ਨਾ ਹੋਵੇ ਵਲਾ ਬਲੇ ਸਾਹ ਇਹ ਮੇਰਾ ਮੋਟਰਸਾਈਕਲ ਹੈ ਇਹ ਸ਼ਬਾਦ ਦਾ ਬਿਸਤਰ ਹੈ ਇਹ ਛੋਟੂ ਸ਼ਾਹ ਬੈਠੇ ਇਹ ਮੇਰਾ ਬਿਸਤਰ ਜਿੰਦਾ ਮੈਂ ਬੜਾ ਪਿਆ ਸਰਦੀ ਹੈ ਇਹ ਬਕਸ ਵਗੈਰਾ ਇਹ ਸਾਡੇ ਅੰਦਰ ਕਮਰੇ ਦਾ ਸੈਟਿੰਗ ਹੈ ਇਹ ਚਾਵਲ ਅੱਲਾ ਥਨ ਗੋੜਾ ਲੈ ਹਾਲ ਤੱਕ ਮੈਂ ਖਾਧੇ ਕਹਿੰਦੇ ਗੋੜਾ ਲੈ ਚਾਵਲ ਪਰ ਉਹ ਪਾਣੀ ਦੀ ਬਾਲਟੀ ਲਾਤੀ ਹੈ ਅਤੇ ਸਾਰੇ ਦੁਆਰ ਵੀ ਡੱਬੜੇ ਹੀ ਕਹਿਣੀ ਸਾਰੇ ਦੁਆਰ ਵੀ ਡੱਬੜੇ ਕਹਿਣੀ ਸਾਡੇ ਵਾਰ ਕੰਮ ਰਹਿ ਗਏ ਥੇ ਥੋੜ੍ਹੇ ਬਹੁਤੇ ਵੀਡੀਓ ਪੜੀਏ ਇੱਥੇ ਹੀ ਕਰੇ ਨਹੀਂ ਵਿੰਡੋ ਦਾ ਐਂਡ ਅਗਰ ਤੱਕ ਸਾਡੀ ਵੀਡੀਓ ਅੱਛੀ ਲੱਗੇ ਲਾਈਕ ਕਰੇ ਕਮੈਂਟ ਕਰੇ ਅਤੇ ਸ਼ੇਅਰ ਕਰੇ ਅੱਲਾ ਹਾਫਿਜ਼।